ਜੇਕਰ ਮਾਝੇ ਦੀ ਗੱਲ ਕੀਤੀ ਜਾਵੇ ਤਾਂ ਮਾਝੇ ਦੇ ਲੋਕ ਸਰਦੀ ਦੇ ਵਿੱਚ ਪਤੰਗबाजी ਕਰਨ ਦੇ ਬਹੁਤ ਸ਼ੌਕੀਨ ਨੇ ਖਾਸ ਕਰਕੇ ਅੰਮ੍ਰਿਤਸਰ ਰ ਬਟਾਲੇ ਦੀ ਗੱਲ ਕੀਤੀ ਜਾਵੇ ਤਾਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਪਤੰਗबाजी ਦਾ ਸ਼ੌਕ ਰੱਖਦੇ ਆ ਪਰ ਜਦੋਂ ਦੀ ਖੂਨੀ ਡੋਰ ਆਈ ਆ ਖੂਨੀ ਧਾਗਾ ਆਇਆ ਹੈ ਇਸ ਨੂੰ ਚਾਈਨਾ ਡੋਰ ਵੀ ਕਿਹਾ ਜਾਂਦਾ ਹੈ ਉਦੋਂ ਤੋਂ ਹੀ ਜੇ ਗੱਲ ਕੀਤੀ ਜਾਵੇ ਤਾਂ ਕਈ ਲੋਕਾਂ ਦੀ ਇਸ ਡੋਰ ਦੇ ਜਾਨ ਚਲੀ ਗਈ ਕਈ ਪක්ෂੀਆਂ ਦੀ ਜਾਨ ਚਲੀ ਗਈ ਕਈ ਗੰਭੀਰ ਜ਼ਖਮੀ ਹੋ ਗਏ ਪਰ ਇਸ ਦੌਰ ਤੇ ਰੋਕੜੀ ਲੱਗੀ ਹੁਣ ਵਕੀਲਾਂ ਨੇ ਪਹਿਲਕਦਮੀ ਕੀਤੀ ਹੈ ਕਿ ਸਰਕਾਰ ਕੁਝ ਵੀ ਕਿਉਂਕਿ ਖੂਨੀ ਹੈ ਪਰੇ ਡੋਰ ਬੰਦ ਨਹੀਂ ਹੁੰਦੀ ਹੁਣ ਪਹਿਲਕਦਮੀ ਕੀਤੀ ਹੈ ਬਟਾਲਾ 바ਰ ਐਸੋਸੀਏਸ਼ਨ ਦੇ ਵਕੀਲਾਂ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਇਸ ਤੇ ਧਾਰਾ ਬਣਨੀ ਚਾਹੀਦੀ ਹੈ ਇੱਕ ਕਾਨੂੰਨ ਬੰਨਣਾ ਚਾਹੀਦਾ ਸਾਡੇ ਨਾਲ 바ਰ ਐਸੋਸੀਏਸ਼ਨ ਦੇ ਜਿਹੜੇ ਲੋਕ ਨੇ ਵਕੀਲ ਨੇ ਉਹ ਮੌਜੂਦ ਆ ਗੱਲਬਾਤ ਕਰ ਲੈਣਗੇ ਕਿ ਕਿਹੜੀ ਧਾਰਾ ਬਣਨੀ ਚਾਹੀਦੀ ਹੈ ਔਰ ਕਿਉਂ ਬੰਨੀ ਚਾਹੀਦੀ ਹੈ ਔਰ ਹੁਣ ਜੋ ਪਰਚੇ ਦਰਜ ਹੁੰਦੇ ਨੇ ਕਿਸ ਧਾਰਾ ਤਹਿਤ ਹੁੰਦੇ ਸਾਡੇ ਨਾਲ ਵਕੂ ਵਕ ਵਕੀਲ ਨੇ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਜੀ ਸੌਰਵ ਡੋਗਰਾ ਜੀ ਸੌਰਵ ਜੀ ਇਹ ਜਿਹੜੀ ਡੋਰ ਆ ਜੀ ਕੀ ਸਮਝਦੇ ਹੋ ਕਿ ਕਿੰਨੀ ਕਿ ਜਾਨਲੇਵਾ ਹੈ ਔਰ ਕੀ ਹੋਣਾ ਚਾਹੀਦਾ ਇਹ ਬਹੁਤ ਜਾਨਲੇਵਾ ਹੈ ਜੀ ਇਹ ਜਿਹਦੇ ਫਿਰ ਜਾਂਦੀ ਹੈ ਇਹ ਤੇ ਉਹਨੂੰ ਪਤਾ ਵਾ ਜਾਂ ਉਹਦੇ ਘਰਦਿਆਂ ਨੂੰ ਪਤਾ ਜਦੋਂ ਬੰਦਾ ਬੈੱਡ ਤੇ ਪੈਂਦਾ ਟੂ-ਵੀਲਰ ਵਾਲਾ ਅਕਸਰ ਹੀ ਇਹਦੀ ਚਪੇਟ ਦੇ ਵਿੱਚ ਆ ਜਾਂਦਾ ਪੰਛੀ ਵੀ ਇਹਦੀ ਚਪੇਟ ਚ ਆ ਜਾਂਦੇ ਨੇ ਕਈਆਂ ਦੀ ਜਾਨ ਗਈ ਹੈ ਫਿਲਹਾਲ ਡੀਸੀ ਸਾਹਿਬ ਦੇ ਆਦੇਸ਼ਾਂ ਤੇ 188 ਸੀਆਰਪੀਸੀ ਦਾ ਪਰਚਾ ਜਿਹੜਾ ਹੁੰਦਾ ਵਾ ਜਿਹਦਾ ਜਿਹਦੀ ਪੋਜੈਸ਼ਨ ਚ ਹੋਏ ਉਹਨੂੰ ਉਸੇ ਵੇਲੇ ਜੁਰਮਾਨਾ ਪਾ ਕੇ ਮੌਕੇ ਤੇ ਬੇਲ ਮਿਲ ਜਾਂਦੀ ਹੈ ਤੇ ਜਿਸ ਕਰਕੇ ਲੋਕੀ ਜਿਆਦਾ ਸ਼ਕਤੀ ਨਾਲ ਇਸ ਨੂੰ ਨਹੀਂ ਲੈਂਦੇ ਤੇ ਮੈਂ ਚਾਹਨਾ ਕੋਈ ਵੱਖਰਾ ਨਵਾਂ ਐਕਟ ਬੰਨਣਾ ਚਾਹੀਦਾ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਵੀ ਜਿਹੜਾ ਇਹ ਯੂਜ਼ ਕਰੇਗਾ ਜਾਂ ਵੇਚੇਗਾ ਉਹਨੂੰ 5 ਸਾਲ ਦੀ ਕੈਦ ਤੇ ਲੱਖ ਰੁਪਿਆ ਜੁਰਮਾਨਾ ਹੋਏਗਾ ਮੈਂ ਕਹਿੰਦਾ ਵਿਧਾਨ ਸਭਾ ਦੇ ਵਿੱਚ ਫੁੱਲ ਮжоਰਿਟੀ ਹੈ ਇਹ ਚਾਹੀਦਾ ਵੀ ਇਹਨਾਂ ਨੂੰ ਬਿਆਨਬਾਜ਼ੀ ਛੱਡ ਕੇ ਉੱਪਰ ਆ ਕੇ ਵਿਧਾਨ ਸਭਾ 'ਚ ਪ੍ਰੋਪਰ ਮਤਾ ਪਾਇਆ ਜਾਏ ਬਿੱਲ ਪਾਸ ਕੀਤਾ ਜਾਏ ਤੇ ਪ੍ਰੋਪਰ ਐਕਟ ਬਣਿਆ ਜਾਏ ਕਿਹੜਾ ਕਿਹੜਾ ਐਕਟ ਸਮਝ ਦਿੱਤੀ ਕਿਹੜੀ ਕਿਹੜੀ ਧਾਰਾ ਹੈ ਧਾਰਾ ਜਦੋਂ ਐਕਟ ਬਨੇਗਾ ਉਹਦੇ ਤੇ ਵੇਚਣ ਵਾਲੇ ਦੀ ਵਿਕਰੀ ਲੱਗੇਗੀ ਮੈਨੂਫੈਕਚਰਰ ਦੀ ਵਿਕਰੀ ਲੱਗੇਗੀ ਜਿਹੜਾ ਯੂਜ਼ ਕਰੇਗਾ ਉਹਤੇ ਵਿਕਰੀ ਲੱਗੇਗੀ ਸਜ਼ਾ ਦਾ ਪ੍ਰਬੰਧਨ ਹੋਏਗਾ ਵੀ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਹਾਂ ਸਾਰਾ ਪ੍ਰੋਪਰ ਐਕਟ ਬਣੇਗਾ ਹਾਂਜੀ ਸਤੰਦਰਪਾਲ ਸਿੰਘ ਕਲੋਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਹੜੀ ਐਸੀ ਦੇਖੋ ਜੀ ਜਿੰਨੀ ਖਤਰਨਾਕ ਇਹ ਡੋਰ ਆ ਉਸ ਦੇ ਹਿਸਾਬ ਨਾਲ ਕਾਨੂੰਨ ਦੂਜੇ 302 ਵੀ ਘੱਟ ਆ ਕਿਉਂਕਿ ਜਿਸ ਜਿਸ ਤਰੀਕੇ ਨਾਲ ਇਹ ਚੀਜ਼ ਨੂੰ ਨੁਕਸਾਨ ਕਰਦੀ ਆ ਧੌਣ ਤੇ ਫਿਰਦੀ ਹੱਥ ਤੇ ਫਿਰਦੀ ਆ ਉਹ ਇਵਨ ਟੁੱਟਦੀ ਘੱਟ ਵਾ ਉਹ ਖਿੱਚਦੀ ਤੁਰ ਜਾਂਦੀ ਆ ਇਸ ਕਰਕੇ ਮੈਂ ਤਾਂ ਕਹਾਂਗਾ ਜੇ ਮਤਾ ਪਾਸ ਹੁੰਦਾ ਹੋਵੇ ਤਾਂ ਘੱਟ ਘੱਟ 307 ਲਾਈ ਜਾਣੀਆਂ ਮੈਂ ਐਕਸ ਪ੍ਰੈਜ਼ੀਡੈਂਟ ਰਿਆਂ 2019 ਤੋਂ 2021 ਇਸ ਵਾਰੀ ਮੈਂ ਕੰਟੈਸਟ ਕਰ ਰਿਹਾ ਆ ਫਿਰ ਐਜ਼ ਅ ਪ੍ਰੈਜ਼ੀਡੈਂਟ ਤੇ ਜੇ ਮੇਰੇ ਵਕੀਲਾ ਭਈਆਂ ਨੇ ਮੇਰਾ ਸਾਥ ਦਿੱਤਾ ਤੇ ਜੇ ਮੈਨੂੰ ਬਣਾਇਆ ਦੁਬਾਰਾ ਤੇ ਮੈਂ ਵਿਸ਼ਵਾਸ ਦਿਵਾਉਣਾ ਵੀ ਮੈਂ ਆਪਣੀ ਬਾਰ ਦੇ ਵਿੱਚ ਮਤਾ ਪਾਸ ਕਰਾਉਂਗਾ ਵੀ ਘੱਟ ਤੋਂ ਘੱਟ 307 ਇੱਤੇ ਲਈ ਲਾਈ ਜਾਵੇ ਜਿਹਦੇ ਕਰਕੇ ਥੋੜਾ ਲੋਕਾਂ ਨੂੰ ਇਹ ਡਰ ਹੁਣ ਆਏ ਹੋਵੇ ਵੀ ਠੀਕ ਆ ਸਾਡੇ ਤੇ ਨੁਕਸਾਨ ਹੋ ਸਕਦਾ ਤੁਸੀਂ ਸਮਝਦੇ ਕਿ ਤੁਹਾਡੀ ਬਾਰ ਵੱਲੋਂ ਕਿ ਐਸਾ ਮੈਮੋਰੰਡਮ ਮਾਨਜੋ ਹਾਈ ਕੋਰਟ ਇਹ ਸੁਪਰੀਮ ਕੋਰਟ ਨੂੰ ਵੀ ਜਜੇਗੀ ਕਿ ਇਹ ਕਾਨੂੰਨ ਬਣਾ ਬਿਲਕੁਲ ਬਿਲਕੁਲ ਜੀ ਮੈਂ ਉਹੀ ਦੁਆ ਰਹਿਰਾਉਂਗਾ ਵੀ ਜੇ ਮੇਰੇ ਵਕੀਲ ਭਰਾ ਮੈਨੂੰ ਮੌਕਾ ਦਿੱਤਾ ਤੇ ਮੈਂ ਪ੍ਰੋਪਰ ਮਤਾ ਪਾ ਕੇ ਪ੍ਰੋਪਰ ਮੈਂਬਰੈਂਡਮ ਬਣਾ ਕੇ ਸੀਐਮ ਪੰਜਾਬ ਨੂੰ ਤੇ ਆਪਣੀ ਹਾਈ ਕੋਰਟ ਚੀਫ ਜਸਟਿਸ ਨੂੰ ਭੇਜੂਗਾ ਵੀ ਇਹਦੇ ਉੱਪਰ ਪ੍ਰੋਪਰ ਇੱਕ ਕਾਨੂੰਨ ਬਣਾਇਆ ਜਾਵੇ ਮੈਂਬਰੈਂਡਮ ਭੇਜੂਗਾ ਮੈਂ ਮੇਰੇ ਗੁਰਪ੍ਰੀਤ ਸਿੰਘ ਕੰਗੁਰਪ੍ਰੀਤ ਕੀ ਸਮਝਦੇ ਹੋ ਕਿ ਜਿੰਨੀਆਂ ਜਾਨਾਂ ਪਖਸ਼ੀਆਂ ਦੀਆਂ ਚਲ ਗਈਆਂ ਇਨਸਾਨਾਂ ਦੀਆਂ ਚਲੀਆਂ ਗਈਆਂ ਇਹਨੂੰ ਰੋਕਣ ਦਾ ਹੱਲ ਕੀ ਹੈ ਦੇਖੋ ਜੇ ਇਸ ਟਾਈਮ ਜੇ ਪੰਜਾਬ ਗਵਰਨਮੈਂਟ ਕੋਈ ਵੀ ਵਦਨ ਸਮਾਦ ਵਿੱਚ ਕੋਈ ਪ੍ਰੋਪਰ ਇਹਦਾ ਐਕਟ ਨਹੀਂ ਲਿਆ ਸਕਦੀ ਹੈ ਨਾ ਠੀਕ ਹੈ ਨਾ ਇਹਨੂੰ ਹੁਣ ਇਹਦੇ ਵਿੱਚ ਫੈਂਸ ਦੇ ਅਕੋਰਡਿੰਗ ਅਸੀਂ ਦੇਖਾਂਗੇ ਕਿ ਕਿਹੜੇ ਕੀ ਫੈਂਸ ਹੋਇਆ ਜਿਹੜਾ ਚਾਈਨਾ ਡੋਰ ਨੂੰ ਆਪਣਾ ਚਲਾਉਂਦੇ ਪਏ ਨੇ ਜਾਂ ਵੇਚਦੇ ਪਏ ਨੇ ਜਿੰਨੀ ਇਹ ਫੈਂਸ ਦੀ ਗ੍ਰੈਵਿਟੀ ਆ ਉਹਦੇ ਉਹਦੇ ਅਕੋਰਡਿੰਗ ਉਹਦੇ ਅਕੋਰਡਿੰਗ ਅਸੀਂ ਸੈਕਸ਼ਨ ਜਿੰਨਾ 3 24 3 25 26 ਦੇ ਤਹਿਤ ਜਾਂ 307 ਦੇ ਤਹਿਤ ਵੀ ਅਸੀਂ ਐਫ ਆਈ ਆਰ ਰਜਿਸਟਰ ਉਹਨਾਂ ਨੇ ਅਗੇਂਸਟ ਕਰ ਸਕਦੇ ਆ ਇਹ ਇਹ ਨਹੀਂ ਪੀ ਹੁਣ ਜੇ ਕੋਈ ਐਕਟ ਨਹੀਂ ਆ ਰਿਹਾ ਤੈਨੂੰ ਦੇ ਐਕਟ ਦੇ ਪਿੱਛੇ ਪਿਆ ਰਹਾਂਗੇ ਹੁਣ ਜੋ ਸਾਡੀ ਕੰਡੀਸ਼ਨ ਆ ਉਹਦੇ ਅਕੋਰਡਿੰਗ ਤੇ ਸਾਨੂੰ ਚੱਲਣਾ ਚਾਹੀਦਾ ਨਾ ਜੋ ਪ੍ਰਸ਼ਾਸਨ ਨੂੰ ਸਾਡਾ ਪਬਲਿਕ ਦਾ ਸਾਥ ਦੇਣਾ ਚਾਹੀਦਾ ਵਾ ਇਹ ਮੈਂ ਇਹੋ ਹੀ ਮੰਗ ਕਰਦਾ ਵਾਂ ਵੀ ਜੋ ਵੀ ਜਿੰਨੀ ਵੀ ਜਲਦੀ ਹੋ ਸਕੇ ਵੀ ਇਹਨਾਂ ਨੂੰ ਆਪਣੀ ਪਬਲਿਕ ਨੂੰ ਨਿਹਾਂ ਦੇ ਆ ਜਾਵੇ ਸਰ ਸ਼ਬ ਕੀ ਇਹਨੂੰ ਚਾਈਨਾ ਤੋਂ ਆ ਜਾਂਦਾ ਪਰ ਬਣਦੀ ਪੰਜਾਬ ਚ ਜਾਂ ਹਰਿਆਣਾ ਚ ਸਰ ਗੱਲ ਇਹ ਹੈ ਕਿ ਇਹਦੀ ਮੈਨੂਫੈਕਚਰਿੰਗ ਜਿਹੜੀ ਹੈ ਨਾ ਗਵਰਨਮੈਂਟ ਨੂੰ ਉਹ ਬੰਦ ਕਰਨੀ ਚਾਹੀਦੀ ਹੈ ਇਹਦੀ ਮੈਨੂਫੈਕਚਰਿੰਗ ਨਾ ਹੋਵੇ ਦਿਸ ਇਜ਼ ਦੀ ਬੋਤਲ ਬਸ ਪੋਸੀਬਲ ਸੋਲੂਸ਼ਨ ਠੀਕ ਹੈ ਜੀ ਜਨੇ ਦੇ ਮੈਨੂਫੈਕਚਰਰ ਨੇ ਜਿਹੜੇ ਇਹ ਇਲੀਗਲ ਡੋਰ ਬਣਾ ਰਹੇ ਨੇ ਠੀਕ ਹੈ ਜੀ ਉਹਨਾਂ ਦੇ ਯੂਨਿਟ ਜਿਹੜੇ ਨੇ ਉਹ ਬੰਦ ਕੀਤੇ ਜਾਣ ਤਾਂ ਕਿ ਡੋਰ ਜਿਹੜੀ ਆ ਨਾ ਬਣੇ ਇਹ ਬਟਾਲਾ 바ਰ ਅਸੋਸੀਏਸ਼ਨ ਦੇ ਸੀਨੀਅਰ ਐਡਵੋਕੇਟਸ ਅਸੀਂ 바ਰ ਅਸੋਸੀਏਸ਼ਨ ਬਟਾਲਾ ਚ ਆਏ ਸਾਂ ਔਰ ਵਕੀਲਾਂ ਦੀ ਰਾਏ ਜਾਨੀ ਹੈ ਕਿ ਇਹ ਖੂਨੀ ਡੋਰ ਨੂੰ ਬੰਦ ਕਰਨ ਦਾ ਹੱਲ ਕੀ ਹੈ ਦਾ ਹੱਲ ਹੋ ਸਕਦਾ ਕਿਉਂਕਿ ਪੰਜਾਬ ਦੀ ਸਰਕਾਰ ਵੀ ਚਾਹੁੰਦੀ ਹੈ ਕਿ ਖੂਨੀ ਡੋਰ ਤੇ ਬੈਨ ਹੋ ਜਵੇ ਪ੍ਰਸ਼ਾਸਨ ਵੀ ਚਾਹੁੰਦਾ ਹੈ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਜਾਂ ਪਰ 188 ਦੀਆਂ 188 ਜੇ ਵਕੀਲਾਂ ਦੀ ਗੱਲ ਮੰਨੀ ਜਾਵੇ ਤੇ ਉਹ ਹੈ ਕਿ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨਾ ਅਵਿਲੈਬਲ ਹੈ ਕਹਿੰਦੇ ਕਿ ਧਾਰਾ 307 ਲੱਗਣੀ ਚਾਹੀਦੀ ਹੈ ਉਹ ਜਿਹੜਾ ਵੀ ਇਹ ਖੂਨੀ ਡੋਰ ਵੇਚਦਾ ਹੈ ਜਾਂ ਫਿਰ ਉਸ ਦਾ ਇਸਤੇਮਾਲ ਕਰਦਾ ਹੈ ਕੈਮਰਾਮੈਨ ਬੰਡੀ ਦੇ ਨਾਲ ਨਿਊਜ਼ 18 ਪੰਜਾਬ ਲਈ ਲਿਨ ਤੇ ਲੁਟਰਾ